ਦੇਖੋ ਇਹ ਅਸੀਂ ਇਹਨੂੰ ਲੈਵਲ ਕਰ ਰਹੇ ਹਾਂ, ਇਹ ਲੈਵਲ ਹੋ ਚੁੱਕੀ ਹੈ। ਲੇਜ਼ਰ ਲੈਵਲ ਸਿਸਟਮ ਹੈ, ਈਜ਼ੀ ਫਾਰਮ ਵਾਲਿਆਂ ਦਾ ਹੈ, ਈਜ਼ੀ ਫਾਰਮਿੰਗ ਵਾਲਿਆਂ ਦਾ, ਠੀਕ ਹੈ। ਅਤੇ ਇਹ ਪਹਿਲੇ ਦੇਖੋ ਜੀ, ਅਤੇ ਬਿਲਕੁਲ ਖਾਲੀਆਂ ਬਣੀਆਂ ਹੋਈਆਂ ਸੀ, ਜਿਵੇਂ ਮੱਕੀ ਤੋਂ ਬਾਅਦ ਫਸਲ ਹੁੰਦੀ ਹੈ, ਅਤੇ ਉਸ ਤੋਂ ਬਾਅਦ ਇਹਨੂੰ ਲੈਵਲ ਕਰਦੇ ਨੇ। ਪੁਰਾਣੇ ਜ਼ਮਾਨੇ ਸੁਹਾਗਾ ਅਤੇ ਇਸ ਤਰ੍ਹਾਂ ਫੇਰੀਦਾ ਹੁੰਦਾ ਸੀ, ਇਹ ਉਹੀ ਸਿਸਟਮ ਹੈ। ਲੇਕਿਨ ਇਹਦੇ ਜ਼ਮੀਨ ਆਟੋਮੈਟਿਕਲੀ ਕੰਪਿਊਟਰ ਦੇ ਜ਼ਰੀਏ, ਲੇਜ਼ਰ ਦੇ ਜ਼ਰੀਏ ਜਿਹੜਾ ਹੈ ਲੈਵਲ ਹੁੰਦਾ। ਇਹ ਦੇਖੋ ਜੀ, ਇਹ ਹੈਗੀ ਜੇ ਸ਼ਰਾਰਤੀ ਚਿੜੀਆ, ਇਹ ਲੇਜ਼ਰ ਯੂਨਿਟ ਉੱਤੇ ਉਹ ਉੱਥੇ ਬਹਿ ਜਾਂਦੀ ਹੈ, ਅਤੇ ਆਪਣੀ ਜਿਹੜੀ ਦੁੰਮ ਹੈ ਇਹਦੇ ਨਾਲ ਇਹਨੂੰ ਲਗਾ ਲੈਂਦੀ ਹੈ, ਸ਼ਰਾਰਤਾਂ ਕਰਦੇ ਜਾਂਦੀ ਹੈ। ਅਤੇ ਇਹ ਬਗਲੇ ਨੇ, ਨਾਲ ਇਹ ਚਿੜੀਆਂ ਨੇ, ਇਹ ਪਰਿੰਦੇ ਨੇ, ਲਾਲੀਆਂ ਨੇ, ਠੀਕ ਹੈ, ਸ਼ਾਰਕਾਂ। ਇਹ ਜਨਾਬ ਇਹਦੇ ਵਿੱਚ ਜਿਹੜੇ ਦਾਣੇ ਕੀੜੇ ਮਕੌੜੇ ਉਹਨਾਂ ਨੂੰ ਵੀ ਖਾਂਦੇ ਨੇ, ਇਹਨਾਂ ਦਾ ਇੱਥੇ ਰਿਜ਼ਕ ਲਿਖਿਆ। ਅਤੇ ਮਾਸ਼ਾਅੱਲਾ ਇੱਥੇ ਕੰਮ ਜਾਰੀ ਉਹ ਸਾਰੀ ਹੈ। ਇਹ ਦੇਖੋ ਜੀ, ਨਾਲਾ ਇਹਦੇ 'ਚ ਨਹਿਰ ਦਾ ਪਾਣੀ ਵੀ ਆਉਂਦਾ ਜੀ, ਅਤੇ ਗੰਦਾ ਪਾਣੀ ਵੀ ਆਉਂਦਾ, ਠੀਕ ਹੈ। ਦੇਖੋ ਕਿਵੇਂ ਨਾਲ ਨਾਲ ਪਰਿੰਦੇ ਪਿੱਛੇ ਪਿੱਛੇ ਮਗਰ ਮਗਰ ਜਾ ਰਹੇ ਨੇ, ਠੀਕ ਹੈ। ਅਤੇ ਤੁਸੀਂ ਲੈਵਲ ਦਾ ਦੇਖੋ ਕਿੰਨਾ ਐਕੂਰੇਸੀ ਨਾਲ ਲੈਵਲ ਕਰਦਾ ਉਹ, ਠੀਕ ਹੈ। ਜਿੱਥੋਂ ਕੋਈ ਥੋੜ੍ਹਾ ਬਹੁਤਾ ਊਂਚ ਨੀਚ ਹੋਏਗੀ, ਨਾਲ ਹੀ ਆਪਣੇ ਆਪ ਨੂੰ ਉੱਚਾ ਨੀਵਾਂ ਕਰ ਲੈਂਦਾ ਆਪਣੇ ਆਪ ਹੀ। ਗਰਮੀ ਬਹੁਤ ਜ਼ਿਆਦਾ ਹੈਗੀ ਹੈ, ਬੜੀ ਠੀਕ ਠਾਕ ਗਰਮੀ ਹੈ। ਅਤੇ ਕਿਸਾਨ ਭਰਾ, ਡਰਾਈਵਰ ਅਤੇ ਜਿਹੜੀ ਲੇਬਰ ਹੈ, ਠੀਕ ਹੈ, ਇਹ ਬੜੇ ਹੀ ਮਿਹਨਤ ਨਾਲ ਅਤੇ ਆਪਣੇ ਆਪ ਨੂੰ ਮਾਰ ਕੇ ਇੱਥੇ ਕੰਮ ਕਰਦੀ ਹੈ, ਠੀਕ ਹੈ। ਅਤੇ ਗੌਰਮੈਂਟ ਨੂੰ ਚਾਹੀਦਾ ਕਿ ਕੋਈ ਅੱਛਾ ਨਿਜ਼ਾਮ ਪੈਦਾ ਕਰੇ, ਜਿਹਦੇ ਨਾਲ ਕਿਸਾਨਾਂ ਨੂੰ, ਲੇਬਰ ਨੂੰ, ਡਰਾਈਵਰਾਂ ਨੂੰ ਅਤੇ ਬਾਕੀ ਜਿਹੜੀ ਜਿਤਨੇ ਵੀ ਇਸ ਸ਼ੋਬੇ ਨਾਲ ਮੁਨਸਲਿਕ ਲੋਕ ਨੇ ਜਿਹੜੇ ਕਿ ਇਹਦੇ ਉੱਤੇ ਮਿਹਨਤ ਕਰਦੇ ਨੇ, ਉਹਨਾਂ ਨੂੰ ਜ਼ਿਆਦਾ ਫਾਇਦਾ ਪਹੁੰਚੇ, ਨਾ ਕਿ ਗੌਰਮੈਂਟ ਜਾਂ ਕਮਿਸ਼ਨ ਏਜੰਟ ਜਾਂ ਮੰਡੀ ਵਾਲੇ ਸਿਰਫ ਫਾਇਦਾ ਚੁੱਕਣ। ਅਤੇ ਇਹ ਦੇਖੋ ਮਾਹੌਲ ਕਿੱਡਾ ਪਿਆਰਾ ਹੈ, ਉਹ ਉੱਥੇ ਚੱਲ ਰਿਹਾ ਜੇ ਝੋਨਾ ਲੱਗ ਰਿਹਾ, ਇਹਦੇ ਬਾਅਦ ਇਹਦੇ 'ਚ ਪਾਣੀ ਛੱਡ ਕੇ ਅਤੇ ਇਹਦੇ 'ਚ ਝੋਨਾ ਲਾਉਣਗੇ, ਠੀਕ ਹੈ। ਅਸੀਂ ਤੁਹਾਡੀ ਗੱਲ ਵੀ ਕਰਾਵਾਂਗੇ ਡਰਾਈਵਰ ਸਾਹਿਬ ਨਾਲ, ਅਗਰ ਉਹ ਕਰ ਸਕਣ ਤਾਂ, ਠੀਕ ਹੈ। ਹਾਲੇ ਤਾਂ ਉਹ ਬਹੁਤ ਮਸਰੂਫ ਲੱਗ ਰਹੇ ਨੇ। ਉਹ ਦੇਖੋ ਲਾਲੀ ਕਿਵੇਂ ਗਈ ਹੈ, ਉਹ ਚਿੜੀਆ ਵੀ ਗਈ, ਸ਼ਰਾਰਤੀ ਚਿੜੀਆ, ਇਹਦਾ ਨਾਂ ਹੁਣ ਮੈਨੂੰ ਸਹੀ ਪਤਾ ਨਹੀਂ, ਮੈਂ ਨੈੱਟ 'ਤੇ ਸਰਚ ਕੀਤਾ ਸੀ, ਮੈਨੂੰ ਭੁੱਲ ਗਿਆ ਫਿਰ। ਅਤੇ ਇਹ ਦੇਖੋ, ਇਹ ਬਹੁਤ ਬਹੁਤ ਤੇਜ਼ ਹੁੰਦੀ, ਬਹੁਤ ਸੋਹਣੀ ਵੀ ਬੜੀ ਹੁੰਦੀ, ਇਹਦੀ ਦੁੰਮ ਬੜੀ ਸੋਹਣੀ ਹੁੰਦੀ। ਇਹ ਪੱਠਾ ਇੱਟਾਂ ਦਾ, ਠੀਕ ਹੈ।
ਜਿੱਥੇ ਉੱਚਾ ਹੁੰਦਾ ਉੱਥੇ ਨੀਵਾਂ ਆਪਣੇ ਆਪ ਹੀ ਹੋ ਜਾਏਗਾ, ਅਤੇ ਜਿੱਥੇ ਨੀਵਾਂ ਜਗ੍ਹਾ ਹੁੰਦੀ ਹੈ ਉੱਥੇ ਇਹਨੇ ਮਿੱਟੀ ਜਿਹੜੀ ਨਾਲ ਇਹ ਲਈ ਫਿਰਦਾ ਉਹਨੂੰ ਇਹਨੇ ਛੱਡ ਦੇਣਾ ਥੱਲੇ, ਅਤੇ ਫਿਰ ਨਾਲ ਹੀ ਪੱਧਰ ਵੀ ਕਰ ਦੇਣਾ। ਠੀਕ ਹੈ, ਇਹ ਐਡਾ ਕੋਈ ਮਤਲਬ ਨਾ ਕਮਾਲ ਸਿਸਟਮ ਬਣਾਇਆ। ਅਤੇ ਮਸ਼ੀਨਰੀ ਨਾਲ ਬੇਸ਼ੱਕ ਬਹੁਤ ਫਾਇਦਾ ਹੁੰਦਾ, ਠੀਕ ਹੈ, ਕੰਮ ਅੱਧੋ ਅੱਧ ਘੱਟ ਜਾਂਦਾ। ਮਸ਼ੀਨਰੀ ਦੀ ਆਪਣੀ ਜਗ੍ਹਾ ਅਹਿਮੀਅਤ ਹੈ, ਠੀਕ ਹੈ। ਅਤੇ ਇਹ ਦੇਖੋ ਕਿੱਥੇ ਆਪ ਹੀ ਉੱਚਾ ਹੋ ਜਾਂਦਾ ਅਤੇ ਕਿੱਥੇ ਆਪ ਹੀ ਨੀਵਾਂ ਹੋ ਜਾਂਦਾ ਆਪਣੀ ਸਿਸਟਮ ਦੇ ਹਿਸਾਬ ਨਾਲ। ਅਤੇ ਇਹਨੂੰ ਸਾਰਾ ਜਿਹੜਾ ਕੰਟਰੋਲ ਹੈ ਇਹ ਕੰਟਰੋਲਰ ਕਰਦਾ, ਕੰਟਰੋਲ ਟਾਵਰ, ਲੇਜ਼ਰ ਕੰਟਰੋਲ ਟਾਵਰ। ਇਹ ਲੈਵਲਿੰਗ ਦਾ ਜਿਹੜਾ ਨਾ ਸਮਝੋ ਕਿ ਇਹ ਦਿਮਾਗ ਹੈ, ਸਾਰਾ ਸਿਸਟਮ ਹੈ ਇਹਦਾ। ਇਹਦੇ ਨਾਲ ਦਾ ਇੱਕ ਕੰਟਰੋਲਰ ਉੱਤੇ ਵੀ ਲੱਗਾ, ਲੇਜ਼ਰ ਸਿਸਟਮ ਦੇ ਉੱਤੇ ਵੀ, ਜਿਹੜਾ ਕਿ ਇਹਨੂੰ ਸਿਗਨਲ ਫਰਾਹਮ ਕਰਦਾ। ਅਤੇ ਮੇਰਾ ਖਿਆਲ ਹੈ ਕੰਮ ਖਤਮ ਹੋ ਚੁੱਕਿਆ, ਅਤੇ ਹੁਣ ਇਹਨੇ ਦੂਸਰੇ ਪਾਸੇ ਨਿਕਲ ਜਾਣਾ। ਚਲੋ ਜੀ।